ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਭੱਠਾ ਮਾਲਕਾਂ ਦੇ ਲਈ ਇੱਕ ਵੱਡਾ ਫੈਸਲਾ ਲਿਆ ਗਿਆ। ਐਨਜੀਟੀ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਲਗਾਤਾਰ ਪੁਰਾਣੀ ਤਕਨੀਕ ਨਾਲ ਚੱਲ ਰਹੇ ਭੱਠਾ ਮਾਲਕਾਂ ਤੇ ਕਾਰਵਾਈ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਪੁਰਾਣੀ ਤਕਨੀਕ ਨਾਲ ਚੱਲ ਰਹੇ ਭੱਠਾ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਇਹਨਾਂ ਭੱਠਾ ਮਾਲਕਾਂ ਨੂੰ 30 ਸਤੰਬਰ 2019 ਤੱਕ ਦਾ ਸਮਾਂ ਦਿੱਤਾ ਹੈ ਤਾਂ ਜੋ ਆਪਣੇ ਭੱਠਿਆਂ ਨੂੰ ਨਵੀਂ ਤਕਨੀਕ ਦੇ ਮੁਤਾਬਕ ਉਹ ਟਾਲ ਸਕਣ। ਇਸ ਸੰਬੰਧੀ ਲੁਧਿਆਣਾ ਦੇ ਭੱਠਾ ਮਾਲਕਾਂ ਨੇ ਇੱਕ ਬੈਠਕ ਕੀਤੀ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਭੱਠਾ ਮਾਲਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਕਿਉਂਕਿ ਭੱਠਾ ਯੋਗ ਹੈ। ਇਹ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ, ਇਹ ਭਾਰਤ ਭੂਸ਼ਣ ਆਜੂ ਜੀ ਨੇ, ਕਿਉਂਕਿ ਸਾਡੇ ਉਹ ਸ਼ਹਿਰ ਦੇ ਨੇ ਔਰ ਫੂਡ ਸਪਲਾਈ ਮੰਤਰੀ ਨੇ ਸੰਦੀਪ ਸੰਧੂ ਜੀ, ਜਿਹੜੇ ਕਿ ਸਾਡੇ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਵੀ ਹੈ ਅਤੇ ਉਹਨਾਂ ਦੇ OSPC ਵੀ ਹੈ, ਅਤੇ ਦੂਸਰੇ ਆਪਣੇ ਅੰਕਿਤ ਬੰਸਲ ਜੀ ਬਾਜਵਾ ਸਾਹਿਬ, ਔਰ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਭੱਠਾ ਯੋਗ ਵਾਸਤੇ ਬਹੁਤ ਵੱਡਾ ਫੈਸਲਾ ਲਿਆ, ਕਿਉਂਕਿ 90% ਦੇ ਕਰੀਬ ਜਿਹੜਾ ਭੱਠਾ ਮਾਲਕ ਸੀ ਉਹ ਬੇਰੁਜ਼ਗਾਰ ਬੈਠੇ ਸੀ, ਲੇਬਰਾਂ ਉਹਨਾਂ ਦੀਆਂ ਬੇਰੁਜ਼ਗਾਰ ਸੀ, ਔਰ ਅੱਜ ਮਾਹੌਲ ਆ ਜਿਹੜਾ ਖੁਸ਼ੀ ਦਾ ਮਾਹੌਲ ਹੈ, ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਹੈਗਾ ਸਾਡੇ ਜ਼ਿਲ੍ਹਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਸਾਡੇ ਐਸੋਸੀਏਸ਼ਨ ਦੇ ਨੇ ਔਰ ਸਾਡੇ ਅਸ਼ਵਨੀ ਸ਼ਰਮਾ ਜੀ ਜਿਹੜੇ ਕਿ ਸਾਡੇ ਜ਼ਿਲ੍ਹੇ ਦੇ ਕਾਂਗਰਸ ਦੇ ਪ੍ਰਧਾਨ ਨੇ, ਇਹਨਾਂ ਦਾ ਵੀ ਸਾਰੇ ਐਸੋਸੀਏਸ਼ਨ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਵੀ ਇਹਨਾਂ ਨੇ ਇਹ ਉਨਾ ਚਿਰ ਖਹਿੜਾ ਨਹੀਂ ਛੱਡਿਆ ਜਿੰਨਾ ਚਿਰ ਤੱਕ ਕੇ ਇਸ ਦੇ ਵਿੱਚ ਕਾਮਯਾਬ ਨਹੀਂ ਹੋਏ। ਅੱਜ ਬੜੀ ਖੁਸ਼ੀ ਹੈ ਔਰ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ, ਔਰ ਮੈਂ ਚਾਹੁੰਦਾ ਵੀ ਸਾਰੇ ਅਸੀਂ ਇਕੱਠੇ ਹੋ ਕੇ ਉਹਨਾਂ ਬਿੱਟੂ ਜੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਤਾਂ ਕਿ ਇਸ ਇੰਡਸਟਰੀ ਨੂੰ ਇਹਨਾਂ ਨੇ ਬਚਾਇਆ। ਸਾਨੂੰ ਜਿਹੜਾ 6 ਮਹੀਨੇ ਦੀ ਮੁਹਲਤ ਮਿਲੀ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ। ਅਗਾਂਹ ਨੂੰ ਅਸੀਂ ਜਿਹੜੇ ਪੱਠੇ ਨੇ ਅਸੀਂ ਜੋ ਵੀ ਇੰਸਟਰਕਸ਼ਨਾਂ ਗੌਰਮੈਂਟ ਦੀਆਂ ਸਰਕਾਰ ਦੀਆਂ ਹੋਣਗੀਆਂ ਉਹਦੇ ਮੁਤਾਬਕ ਅਸੀਂ ਪੱਠਿਆਂ ਨੂੰ ਚਲਾਵਾਂਗੇ। ਉਧਰ ਇਸ ਮੌਕੇ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਮੋਈ ਅਤੇ ਪ੍ਰਵੀਨ ਜਿੰਦਲ ਨੇ ਕਿਹਾ ਕਿ ਭੱਠੇ ਬੰਦ ਹੋਣ ਕਾਰਨ ਭੱਠਾ ਮਾਲਕ ਅਤੇ ਵੱਡੀ ਤਾਦਾਦ 'ਚ ਮਜ਼ਦੂਰ ਬੇਰੁਜ਼ਗਾਰ ਹੋ ਗਏ ਸਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਉਹਨਾਂ ਨੂੰ ਭੱਠੇ ਦੁਬਾਰਾ ਨਵੀਂ ਤਕਨੀਕ ਨਾਲ ਬਣਾਉਣ ਦਾ ਸਮਾਂ ਦਿੱਤਾ ਹੈ ਉਹ ਕਾਬਿਲੇ ਤਾਰੀਫ ਹੈ। ਸਾਡੇ ਜੋ ਭੱਠਾ ਉਦਯੋਗ ਹੈ ਉਹਦੇ ਉੱਤੇ ਬੜੇ ਕਾਲੇ ਬਾਦਲ ਛਾਏ ਹੋਏ ਸੀਗੇ, ਬੰਦ ਉਦਯੋਗ ਹੋਇਆ ਪਿਆ ਸੀਗਾ। ਸਾਰੇ ਪੰਜਾਬ ਦਾ ਜੋ 3000 ਭੱਠਾ ਉਹਦੇ ਵਿੱਚੋਂ ਮੈਕਸੀਮਮ ਲੋਕ ਸਾਰੇ ਹੀ ਇੰਨੇ ਪਰੇਸ਼ਾਨ ਸੀਗੇ ਕਿ ਕੀ ਕਰਨ, ਕਿਉਂਕਿ ਭੱਠੇ ਬੰਦ ਸੀਗੇ। ਸੋ ਉਸ ਦੇ ਵਿੱਚ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ, ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਡੇ ਖਾਸ ਤੌਰ 'ਤੇ ਭਾਰਤ ਭੂਸ਼ਣ ਆਸ਼ੂ ਜੀ, ਫੂਡ ਐਂਡ ਸਪਲਾਈ ਮਿਨਿਸਟਰ ਨੇ ਜੋ ਮਤਾ ਲੈ ਕੇ ਆਉਂਦਾ, ਸਾਰੀ ਐਸੋਸੀਏਸ਼ਨ ਪੰਜਾਬ ਦੀ ਉਹਨਾਂ ਦੀ ਖਾਸ ਤੌਰ 'ਤੇ ਆਭਾਰੀ ਆ ਕਿ ਉਹਨਾਂ ਨੇ ਬਾਂਹ ਫੜ ਕੇ ਹਨੇਰੇ ਦੇ ਵਿੱਚੋਂ ਆਸ਼ੂ ਜੀ ਨੇ ਕੱਢਿਆ ਭੱਠਾ ਉਦਯੋਗ ਨੂੰ, ਔਰ ਅੱਜ ਸਾਰੇ ਸਾਥੀਆਂ ਦੇ ਮੂੰਹ ਦੇ ਉੱਤੇ ਚਿਹਰੇ ਦੇ ਉੱਤੇ ਰੌਣਕਾਂ ਵਾ। ਅੱਜ ਪੰਜਾਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਾਨੂੰ 3000 ਭੱਠਿਆਂ ਨੂੰ ਪੰਜਾਬਦਿਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਆ। 3000 ਭੱਠਿਆਂ 'ਤੇ ਲਗਭਗ 5 ਲੱਖ ਮਜ਼ਦੂਰ ਕੰਮ ਕਰਦਾ ਸੀ ਅਤੇ ਉਹਨਾਂ ਦੇ ਨਾਲ ਸਿੱਧੇ 'ਤੇ ਸਿੱਧੇ ਤੌਰ 'ਤੇ ਹੋਰਾਂ ਵੀ ਕਾਰੋਬਾਰ ਆ, 36 ਕੈਟਾਗਰੀਆਂ ਦੇ ਇਹਦੇ ਨਾਲ ਕਾਰੋਬਾਰ ਜੁੜੇ ਨੇ। ਇੱਟ ਦੇ ਨਾਲ ਭੱਠਾ ਉਦਯੋਗ ਨੂੰ ਬਚਾਉਣ ਦੇ ਵਿੱਚ ਜੋ ਅੱਜ ਮਹਾਰਾਜ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਪੰਜਾਬ ਭੱਠਾ ਐਸੋਸੀਏਸ਼ਨ 'ਤੇ ਅੱਜ
ਮਿਹਰ ਕੀਤੀ ਆ, ਇਹ ਬਹੁਤ ਵੱਡਾ ਸਾਡੇ 'ਤੇ ਅੱਜ ਉਹਨਾਂ ਨੇ ਮਿਹਰ ਕਰਤੀ। ਅਤੇ ਇਹਦੇ ਵਿੱਚ ਮੇਨ ਰੋਲ ਸਾਡੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ, ਤ੍ਰਿਪਰਿੰਦਰ ਬਾਜਵਾ ਜੀ, ਸੰਦੀਪ ਕੈਪਟਨ ਸੰਦੀਪ ਸੰਧੂ ਜੀ ਅਤੇ ਅੰਕਿਤ ਬਾਂਸਲ ਜੀ, ਇਹਨਾਂ ਸਾਰਿਆਂ ਨੇ ਅਤੇ ਰਮਨੀਤ ਬਿੱਟੂ ਜੀ ਦਾ, ਇਹਨਾਂ ਨੇ ਪੂਰੀ ਮਿਹਨਤ ਕਰਕੇ ਸਾਡੇ ਭੱਠਾ ਉਦਯੋਗ ਨੂੰ ਬਚਾਇਆ। ਇਹ ਭੱਠਾ ਉਦਯੋਗ ਸਦਾ ਹੀ ਕੈਪਟਨ ਸਾਹਿਬ ਦਾ, ਕਾਂਗਰਸ ਪਾਰਟੀ ਦਾ ਇਹ ਰਿਣੀ ਰਹੇਗਾ। ਸਾਡੀ ਪੂਰੀ ਉਹਨਾਂ ਨੇ ਅੱਜ ਇਹ ਗੱਲ ਨੂੰ ਕੈਬਨਿਟ ਦੇ ਵਿੱਚ ਸੁਣਿਆ ਅਤੇ ਇਹ ਪਾਸ ਕੀਤਾ। ਨਵੀਂ ਟੈਕਨੀਕ ਦੇ ਨਾਲ ਪੰਜਾਬ 'ਚ ਕੋਈ 400 450 ਭੱਠਾ ਬਣਿਆ, ਜਿਹਦੇ ਵਿੱਚ 2400 2400 ਭੱਠਾ ਇਹ ਪੁਰਾਣੀ ਟੈਕਨੀਕ ਦਾ। ਅਸੀਂ ਇਹਨਾਂ ਨੂੰ ਸਾਨੂੰ ਜਿਹੜਾ ਸਰਕਾਰ ਨੇ ਸਮਾਂ ਦਿੱਤਾ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਸਮੇਂ ਤੋਂ ਪਹਿਲਾਂ ਹੀ ਅਸੀਂ ਇਹਨਾਂ ਨੂੰ ਅਸੀਂ ਕਨਵਰਟ ਕਰ। ਜ਼ਿਕਰੇ ਖਾਸ ਹੈ ਕਿ NGT ਵੱਲੋਂ ਪੁਰਾਣੀ ਤਕਨੀਕ ਨਾਲ ਚੱਲ ਰਹੇ ਭੱਠਿਆਂ ਨੂੰ ਬੰਦ ਕਰਨ ਲਈ 31 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ ਅਤੇ ਪੁਰਾਣੀ ਤਕਨੀਕ ਨਾਲ ਚੱਲ ਰਹੇ ਭੱਠਿਆਂ ਨੂੰ ਬੰਦ ਕਰਨ ਦੇ ਹੁਕਮ ਵੀ ਦਿੱਤੇ ਗਏ ਸਨ। ਪਰ ਪੰਜਾਬ ਸਰਕਾਰ ਨੇ ਸਮੇਂ 'ਚ ਵਾਧਾ ਕਰਕੇ ਭੱਠਾ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।